ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਕੁਲਦੀਪ ਕੌਰ। ਆਈ ਹੋਪ ਤੁਸੀਂ ਵਧੀਆ ਹੋਵੋਗੇ। ਥੈਂਕ ਯੂ ਸੋ ਮਚ। ਪਹਿਲਾਂ ਤਾਂ ਤੁਸੀਂ ਮੇਰੀ ਕਟਿੰਗ ਐਂਡ ਸਟਿਚਿੰਗ ਦੀ ਵੀਡੀਓ ਨੂੰ ਬਹੁਤ ਸਪੋਰਟ ਕੀਤੀ ਆ, ਬਹੁਤ ਵਧੀਆ ਲੱਗਿਆ ਮੈਨੂੰ। ਤੇ ਮੈਨੂੰ ਵਧੀਆ ਲੱਗਿਆ ਵੀ ਹਾਂ, ਤੁਹਾਨੂੰ ਮੇਰੀ ਕਟਿੰਗ ਤੇ ਵੀਡੀਓ ਵੀ ਵਧੀਆ ਲੱਗ ਰਹੀਆਂ ਨੇ ਸਟਿਚਿੰਗ ਦੀਆਂ। ਤਾਂ ਤਕਰੀਬਨ ਹੁਣ ਮੈਂ ਤੁਹਾਡੇ ਲਈ ਕਟਿੰਗ ਐਂਡ ਸਟਿਚਿੰਗ ਹੀ ਲੈ ਕੇ ਆਉਂਗੀ। ਬਟ ਮੈਂ ਇਦਾਂ ਨਹੀਂ ਨਾ, ਮੈਨੂੰ ਇਦਾਂ ਹੁੰਦਾ ਮੈਂ ਥੋੜੇ ਥੋੜੇ ਸਟੈਪ ਤੁਹਾਨੂੰ ਦੱਸ ਹੀ ਰਵਾਂ ਵੀ ਕੋਈ ਮਿਸ ਨਾ ਹੋ ਜੇ। ਤਾਂ ਕਰਕੇ ਮੈਂ ਕਟਿੰਗ ਐਂਡ ਸਟਿਚਿੰਗ ਇਕੱਠੀ ਵੀਡੀਓ ਨਹੀਂ ਪਾਉਂਦੀ ਹੈਗੀ, ਪਾਰਟ 1 ਪਾਰਟ 2 ਕਰਕੇ ਪਾਉਂਦੀ। ਜਿੱਦਾਂ ਕਿ ਮੈਂ ਅੱਜ ਵੀ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਲਈ, ਧੋਤੀ ਸਲਵਾਰ ਕਿਹਾ ਸੀ ਨਾ ਮੈਨੂੰ, ਕਮੈਂਟ ਆਇਆ ਸੀ ਧੋਤੀ ਸਲਵਾਰ ਦਾ। ਵੈਸੇ ਮੈਂ ਕਮੈਂਟ ਸੈਕਸ਼ਨ 'ਚ ਲਿੰਕ ਕਰ ਦੂੰਗੀ, ਦੇ ਦੂੰਗੀ ਤੁਹਾਨੂੰ ਲਿੰਕ। ਮੈਂ ਧੋਤੀ ਕਟਿੰਗ ਦੀ ਸਲਵਾਰ ਦੀ ਕਟਿੰਗ ਵੀ ਮੈਂ ਪਾਈ ਹੋਈ ਆ, ਮੈਂ ਉਹਦਾ ਲਿੰਕ ਵੀ ਤੁਹਾਨੂੰ ਕਰ ਦਾਂਗੀ। ਪਰ ਇਹ ਹੈਗੀ ਆ, ਜਿੱਦਾਂ ਉਹ ਦੂਜੀ ਸਲਵਾਰ ਦੀ ਕਟਿੰਗ ਆ, ਇਹ ਜਿੱਦਾਂ ਆਪਾਂ ਮੂਹਰੀ ਵਾਲੀ ਚੱਲ ਰਹੀਆਂ ਨੇ ਨਾ, ਉਦਾਂ ਦੀ ਸਲਵਾਰ ਕਟਿੰਗ ਕਰਨੀ ਆ। ਮੈਂ ਤੁਹਾਨੂੰ ਉਹ ਦੱਸਦੀ ਹਾਂ ਵੀ ਆਪਾਂ ਮੇਜ਼ਰਮੈਂਟ ਕਿੱਦਾਂ ਲੈਂਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਬੈਲ ਆਈਕਨ ਨੂੰ ਕਲਿੱਕ ਕਰ ਦਿਓ ਜੋ ਮੇਰੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜੇ। ਪਲੀਜ਼, ਜੇ ਕੋਈ ਨਿਊ ਮੇਰਾ ਫੈਮਿਲੀ ਮੈਂਬਰ ਇਹ ਵੀਡੀਓ ਦੇਖ ਰਿਹਾ ਆ, ਪਲੀਜ਼ ਸਬਸਕ੍ਰਾਈਬ ਜ਼ਰੂਰ ਮੇਰੇ ਚੈਨਲ ਕਰ ਦਿਓ। ਇਹ ਆਪਣਾ ਫੈਬਰਿਕ ਆ, ਮੈਂ ਸਬਕ ਦੋ ਲਿੱਤਾ ਹੋਇਆ ਇਹ ਕੱਪੜਾ। ਟੋਟਲੀ ਐਨ ਬਿਲਕੁਲ ਤੁਹਾਨੂੰ ਦੱਸਾਂਗੀ ਵੀ ਹਾਂ ਤੁਹਾਨੂੰ ਸਮਝ ਆ ਜਾਏ। ਇਹਦੀ ਲੈਂਥ ਆਪਾਂ 35 ਲੈਣੀ ਆ। ਮੈਂ ਪ੍ਰੈਸ ਵਗੈਰਾ ਇਹਨੂੰ ਕਰ ਲਿਆ। ਹੁਣ ਇਹ ਦੇਖੋ ਡਬਲ ਫੋਲਡ ਹੈ, ਫਸਟ ਸੈਕਿੰਡ, ਠੀਕ ਹੈ, ਡਬਲ ਫੋਲਡ ਹੈ ਨਾ। ਆਪਾਂ ਇਹਨੂੰ ਇੱਦਾਂ ਨਾ ਉਹ ਸਲਵਾਰ ਦੀ ਵੀ ਸਟਿਚਿੰਗ ਰਹਿ ਗਈ ਆ, ਉਹ ਸਲਵਾਰ ਦੀ ਵੀ ਸਟਿਚਿੰਗ ਵੀ ਮੈਂ ਤੁਹਾਨੂੰ ਦਊਂਗੀ। ਬਟ ਹੁਣ ਜਿਹੜੀ ਨੈਕਸਟ ਵੀਡੀਓ ਆਊਗੀ ਤੁਹਾਡੇ ਕੋਲ, ਇਸ ਤੋਂ ਬਾਅਦ ਇਹ ਕਟਿੰਗ ਦੀ ਹੈਗੀ ਤਾਂ ਸੈਕਿੰਡ ਪਾਰਟ ਆਦਾ ਇਹਦਾ ਆਏਗਾ ਸਟਿਚਿੰਗ ਦਾ, ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਸਿੰਪਲ ਆ, ਜਿਵੇਂ ਆਪਣਾ ਉਹ ਨਹੀਂ ਹੁੰਦਾ ਖੁੰਜੇ ਜਿਹੇ ਵਾਲੀ ਹੁੰਦੀ, ਤ੍ਰਿਕੋਣੀ ਸਲਵਾਰ ਹੁੰਦੀ ਹੈ, ਮਤਲਬ ਤੁਲੀ ਪਾਲੀ, ਉਹਦੀ ਵੀ ਤੁਹਾਨੂੰ ਦੱਸੂੰਗੀ ਜਿਹਦੀ ਮੂਹਰੀ ਤ੍ਰਿਕੋਣੀ ਜੀ ਬਣਦੀ ਆ। ਯਾਰ ਪਤਾ ਨਹੀਂ ਕੀ ਹੋ ਰਿਹਾ ਹੈ ਨਾ, ਸਲਿੱਪ ਹੋ ਰਹੀ ਆ ਜਵਾਨ। ਡਬਲ ਫੋਲਡ ਕਰਕੇ ਕੱਪੜਾ ਵਿਛਾ ਲਿਆ ਆ, ਬਿਲਕੁਲ ਇਕੁਅਲ ਕਰ ਲਿਆ ਦੋਨੋਂ ਸਾਈਡ। ਮੈਨੂੰ ਕਮੈਂਟ ਆਇਆ ਸੀਗਾ ਵੀ ਸ਼ਰਾਰਾ ਕਟਿੰਗ ਦੱਸ ਦਿਓ, ਅਮਰੀਲਾ ਸ਼ਲਵਾਰਾ ਕਟਿੰਗ ਦੱਸ ਦਿਓ, ਸ਼ਰਾਰਾ ਕੱਟ ਦਿਓ। ਬਟ ਮੈਂ ਸ਼ਾਇਦ ਪਾਈ ਹੋਈ ਆ ਵੀਡੀਓਜ਼, ਬੇਟੇ ਵੈਸੇ ਮੈਂ ਚੈੱਕ ਨਹੀਂ ਕੀਤੀ, ਮੈਂ ਤੁਹਾਨੂੰ ਦੱਸ ਦਾਂਗੀ ਚੈੱਕ ਕਰਕੇ। ਜੇ ਨਹੀਂ ਪਾਈ ਹੋਈ ਨਾ, ਮੈਂ ਦੁਬਾਰਾ ਕੋਈ ਗੱਲ ਨਹੀਂ ਮੈਂ ਪਾ ਦਾਂਗੀ ਵੀਡੀਓ ਸ਼ਰਾਰਾ ਕਟਿੰਗ ਦੀ। ਅਤੇ ਜਿਵੇਂ ਆਪਾਂ ਸ਼ਰਾਰਾ ਕਟਿੰਗ ਕਰਦੇ ਨਾ, ਉੱਦਾਂ ਹੀ ਇਹਨੂੰ ਰੇਪ ਕਰ ਲੈਣਾ ਹੈ, ਮਤਲਬ ਇਹਦਾ ਵੀ ਨਾ ਇੱਕ ਤ੍ਰਿਕੋਣਾ ਬਣਾ ਲੈਣਾ ਹੈ, ਇੱਦਾਂ ਇਕੁਅਲ ਹੋਵੇ ਬਿਲਕੁਲ ਕੱਪੜਾ, ਬਿਲਕੁਲ ਇਕੁਅਲ। ਮੈਂ ਆਪਣੀ ਸਾਈਡ ਕਰ ਲੂੰਗੀ ਇਹ, ਠੀਕ ਹੈ, ਬਿਲਕੁਲ ਇਹਨੂੰ ਸੈੱਟ ਕਰ ਲੈਣਾ ਆ ਜਿੱਦਾਂ ਮੈਂ ਕਰਦੀ ਹਾਂ। ਕਿਉਂਕਿ ਜੇ ਹਲਕਾ ਜਿਹਾ ਵੀ ਇਹਦੇ ਵਿੱਚ ਕੋਈ ਦਿੱਕਤ ਆ ਗਈ ਨਾ, ਤੁਹਾਡੀ ਸਲਵਾਰ ਮਤਲਬ ਸਹੀ ਨਹੀਂ ਬਣਦੀ ਹੈਗੀ। ਬਟ ਜੇ ਮੈਂ ਆਪਣੀ ਪਰਸਨਲ ਤੁਹਾਨੂੰ ਐਡਵਾਈਸ ਦਵਾਂ, ਤੇ ਇਦਾਂ ਹੀ ਆ ਵੀ ਜ਼ਿਆਦਾਤਰ ਜੇ ਆਪਾਂ ਨਾ ਵੱਡੇ ਪਨੇ 'ਚ ਸਲਵਾਰ ਬਣਾਈਏ ਧੋਤੀ, ਤਾਂ ਜ਼ਿਆਦਾ ਬੈਸਟ ਆ, ਕਿਉਂਕਿ ਵੱਡੇ ਪਨੇ ਦੇ ਨਾ ਆਹ ਚੀਜ਼ 'ਚ ਜਿਹੜੇ ਵਲ ਪੈਂਦੇ ਨੇ ਬਹੁਤ ਸੋਹਣੇ ਪੈਂਦੇ ਨੇ। ਹੁਣ ਇਹਦੀ ਆਪਾਂ ਫਸਟ ਲੈਂਥ ਨਾਪਣੀ ਆ। ਬਟ ਪਹਿਲਾਂ ਲੈਂਥ ਨਾਪਣ ਤੋਂ ਪਹਿਲਾਂ ਜੇ ਇਹ ਮੂਹਰੀ ਵਾਲੀ ਆ ਤਾਂ ਆਪਾਂ ਕੀ ਕਰਨਾ ਆ, ਪਹਿਲਾਂ ਤਾਂ ਇੱਥੇ ਇੱਕ ਸਟੇਟ ਲਾਈਨ ਲਗਾ ਲੈਣੀ ਆ, ਕਿਉਂਕਿ ਬਿਲਕੁਲ ਆਪਾਂ ਨੂੰ ਖੁੰਜਾ ਤਿੱਖਾ ਚਾਹੀਦਾ ਆ ਬਿਲਕੁਲ, ਜੋ ਵੀ ਐਕਸਟਰਾ ਹੈ। ਹੁਣ ਇਹ ਦੇਖੋ ਇਹ ਐਕਸਟਰਾ ਹੈ, ਇਹ ਦੇਖੋ ਇਹ ਐਕਸਟਰਾ ਹੈ, ਤਾਂ ਮੈਂ ਇੱਥੇ ਲਾਈਨ ਲਗਾ ਲਈ ਕਿਉਂਕਿ ਮੈਂ ਇਕੁਅਲ ਕਰਨਾ ਹੈ ਇਹ। ਹੁਣ ਫਸਟ ਆਪਾਂ ਇਹਦੀ ਲਵਾਂਗੇ ਮੂਰੀ, ਮੂਰੀ ਬਿਲਕੁਲ ਇੱਦਾਂ ਹੀ ਲੈਣੀ ਆ, ਜਿੱਦਾਂ ਮਤਲਬ 7 ਕੁ ਲਉਂਗੀ ਮੈਂ, 6.5 ਰੱਖੂੰਗੀ, ਕਿਉਂਕਿ ਥੋੜ੍ਹੀ ਜਿਹੀ ਜਦੋਂ ਆਪਾਂ ਧੋਤੀ ਸਲਵਾਰ ਬਣਾਉਂਦੇ ਹਾਂ, ਕਟਿੰਗ ਕਰਦੇ ਹਾਂ ਜਾਂ ਬਣਾਉਂਦੇ ਹਾਂ, ਤਾਂ ਇਹਦੀ ਥੋੜ੍ਹੀ ਜਿਹੀ ਇੱਦਾਂ ਮੂਰੀ ਬਿਲਕੁਲ ਹਲਕ ਟਾਈਟ ਟਾਈਟ ਨਹੀਂ ਵਧੀਆ ਲੱਗਦੀ, ਥੋੜ੍ਹੀ ਜਿਹੀ ਖੁੱਲ੍ਹੀ ਮੂਰੀ ਸੋਹਣੀ ਲੱਗਦੀ ਆ। ਇਹ ਮੈਂ ਬਿਲਕੁਲ 7 ਲੈ ਲਿਆ, ਹੁਣ ਦੇਖੋ ਆਪਾਂ ਨੇ ਨਾ ਇੱਥੇ ਵੀ ਸਟੇਟ ਲਾਈਨ ਲਗਾਤੀ ਬਿਲਕੁਲ ਹੀ ਜਿੱਥੇ ਆਪਾਂ ਨੇ ਮੂਰੀ ਰੱਖਣੀ ਆ। 6.5 ਆਪਾਂ ਤਿਆਰ ਰੱਖਾਂਗੇ, 1/2 ਇੰਚ 7 ਰੱਖਿਆ ਮੈਨੇ, 1/2 ਇੰਚ ਅੱਗੇ ਚੱਲ ਜਾਏਗਾ, ਉਹਦੇ ਅੰਦਰ ਚੱਲ ਜਾਏਗਾ ਸਟਿਚਿੰਗ 'ਚ। ਹੁਣ ਆਪਾਂ ਇਹਦੀ ਲੈਂਥ ਲੈਣੀ, ਆਪਾਂ ਲੈਂਥ ਕੀ ਲੈਣੀ ਹੈ, 2 ਇੰਚ ਦੀ ਇਹਦੀ ਐਕਸਟਰਾ ਮੂਰੀ ਲੱਗੇਗੀ, ਜਿੱਦਾਂ ਆਪਾਂ ਪਲਾਜ਼ੋ 'ਚ ਮੈਂ ਤੁਹਾਨੂੰ ਦੱਸਿਆ ਸੀ ਉੱਦਾਂ ਇਹ 2 ਇੰਚ ਐਕਸਟਰਾ ਲੱਗੇਗੀ ਮੂਰੀ, ਤਾਂ ਆਪਾਂ 2 ਇੰਚ ਛੱਡ ਦੇਣਾ ਆ, ਛੱਡ ਕੇ ਜਿੰਨੀ ਆਪਣੀ ਲੈਂਥ ਹੈ, ਜਿਵੇਂ ਟੋਟਲ ਇਹਨਾਂ ਦੀ 35 ਲੈਂਥ ਹੈ,
35 है तो मैं 34 ही लूंगी, क्योंकि थोड़ा जहा ना तिलकना जहा कपड़े की लेंथ उदा ही बढ़ जाती है, तो मैं 34 एंड हाफ 34 ही लूंगी। ठीक है, हूँ इस तो बाद आप चोली रखांगे आसन 9 इंच की रखांगे दी चोली। अज मैं तुहानू ये भी दसूंगी भी आपां बेल्ट किदां कर सकते, जिहड़ा आपां नूं नहीं होवे मतलब आपां नूं प्रॉपर मेजरमेंट ना पता होवे ते आपां उहदी बेल्ट किदां कर सकते हां, वो भी तुहानू दसांगी। बिल्कुल स्ट्रेट लाइन लगा लेनी है। हुण इहदे विच शेप देनी है आपां राउंड दी, सिर्फ इहदे विच इन्ना की आ, कुछ होर ज़्यादा एक्सट्रा है नहीं। पहला आपां ए कटिंग करदे हां, फिर उस तो बाद मैं इहतों नैक्सट स्टैप तुहानू दसदी हां। बिल्कुल हुण इस कॉर्नर नूं फड़ के जिहड़ा ये आपां ने अपनी लेंथ दा लगाया आ, इहनूं बिल्कुल आपां ने इदां मतलब जिथे भी दूजा कॉर्नर खत्म हुंदा आ, मैं तुहानूं दिखानी आ, ये देखो हुण इह दूजा कॉर्नर इत्थे खत्म हो रहा, मैं हुण ओह लाइन नूं इस लाइन नाल जॉइंट कर दूंगी। कुछ कपड़ा थोड़ा जिहा है इदां दा ना तां छेड़ जी नहीं रही सी मैं, बिल्कुल स्ट्रेट इदां ही पावांगे, क्योंकि जे आपां ने घेर उहदा मतलब जिहड़े अपने साइड ते बाल हुंदे ने जे आपां ने घट रखना तां बिल्कुल स्ट्रेट जिद्दां जा रहा उद्दां स्ट्रेट लगा दो, बट जे आपां ने हैवी रखना है जिथे ओह कॉर्नर खत्म हुंदा है कपड़े दा फैब्रिक दा बड़ा कॉर्नर खत्म हो रहा है सैकेंड वाला, तां आपां ने उहदे नाल जॉइंट कर लेना जे आपां नूं ज्यादा घेर चाहिदा, जे घट चाहिदा तां सीधा स्ट्रेट जिद्दां चलदी आ लाइन, ये आपां हुण लगाता। बाकी तुहानूं मैं हौली हौली दिखानी है, फस्ट आपां कट करांगे मूरी। ठीक है, सेकंड आपां कट करांगे चोली, तो इस कपड़े ने जो एक्स्ट्रा निकले हुए उन्होंने भी इक्वल कर देंगे, नहीं ये नहीं आके जो आपां आसन जोड़ांगे दिक्कत आएगी। ठीक है, फिलहाल इतने तक थोड़ा समझ आ गया, हूँ अगे तो दिखाने जो नहीं शायद समझ आया होगा। देखो हूँ ये कॉर्नर सीगा मेरा, मैं की करना है हूँ इस लाइन नू ज्वाइंट कर लेना बिल्कुल सीधा, ये ना अपन बाल बहुत ज्यादा सोहने मिलेंगे, मैं तुम्हें स्टिचिंग भी करके दिखावांगी दी। बस जल्दी जल्दी होर वीडियो देखने लिए मेरे चैनल को सब्सक्राइब जरूर कर दो। हुण आपां जिहड़ी इहदी आ साइड आ वी मैं कट ही लवां जो जुड़ी हुई सी जॉइंट सी आपस च, ठीक है। देखो इधर हो गई अपनी मूरी, इधर हो गया अपना आसन, होल्ड करके निस इसका नेक्स्ट स्टेप तुहानू दसदी हाँ। हुण इत्थों आपां ने 2 इंच का कपड़ा छड्ड लेना आ, आ चीज़ तो 2 इंच तो छड्ड के बिल्कुल स्ट्रेट कट लगा लिया। जे मैं ये वीडियो भी वड्डी बनानी होवे भी मैं वड्डी बनावां तां मैं इहदी स्टिचिंग दी भी तुहानू दसां, बट मैनू इदां हुंदा है यार जे मैं कटिंग दस रही हां तां तुहानू प्रॉपर कटिंग पता चले, जे मैं तुहानू स्टिचिंग दस रही हां तां प्रॉपर तुहानू स्टिचिंग दा पता चले, नहीं की हुंदा है यार ना तां कटिंग दा ही प्रॉपर पता चलदा है ना स्टिचिंग दा पता लगदा है। हुण जिद्दां मैं पार्ट पा रही हां पार्ट 1 स्टिचिंग पार्ट 2 कटिंग वगैरह है ना इदां दा पा रही हां तां तुहानू ईजी हो जांदा है, पार्ट 1 कड्डो तां कटिंग पार्ट 2 कड्डो तां स्टिचिंग, तां इदां ही ये होगा तुहानू। हुण फर्स्ट फर्स्ट पार्ट 'च तुहानू स्टिचिंग दा पता लग गया वी आपां धोती सलवार जो मूरी वाली हुंदी आ भी वह किदा तैयार करती हूँ, तो मैं लास्टिक पानी है तुम्हें पता ही है जिदा है ना, इस भी मैं लास्टिक पा के दिखाऊंगी भी मैं किदा ये पानी हाँ लास्टिक। हूँ आप करते हैं बैल्ट की कटिंग, बट बैल्ट की कटिंग करने तो पहला आप दस तो दिए भी मेजरमेंट की होंगे बैल्ट का, जिम्मे नॉर्मल हों आप सलवार की लेंथ ईजी होंगी है क्योंकि इतों लगा के आप इंच टेप टोटली लेंथ ले लें, बट चलो जेडे सिलाई करते हैं पता है उन्होंने तो है ना जिन्होंने एक्सपीरियंस है, बट जो न्यू ने उन्होंने दस रही हाँ भी आप हिप दी दे अकॉर्डिंग ही बैल्ट लैने जिदा कि हूँ चलो नॉर्मल आप जिमें कोई बंदा है ना ठीक है उन्होंने फिटिंग मतलब नॉर्मल ने स्लिम है
ਉਹਨਾਂ ਦੀ ਤਾਂ ਇਜ਼ੀ ਆਈ ਜਾਂਦੇ, ਉਹਨਾਂ 'ਚ ਕੋਈ ਦਿੱਕਤ ਨਹੀਂ ਹੁੰਦੀ। ਬਟ ਜੋ ਹੈਲਦੀ ਆਂਟੀ ਹੁੰਦੇ ਨੇ, ਮਤਲਬ ਲੇਡੀਜ਼ ਹੁੰਦੀਆਂ ਨੇ, ਉਹਨਾਂ ਦੇ ਹਿਪਸ ਜ਼ਿਆਦਾ ਹੁੰਦੇ ਨੇ, ਤਾਂ ਉਹਦੇ ਲਈ ਤੁਹਾਨੂੰ ਮੈਂ ਮੇਜ਼ਰਮੈਂਟ ਦੱਸਦੀ ਹਾਂ ਕੀ ਕਰਨਾ ਹੈ। ਆਪਾਂ ਜਸਟ ਆਪਾਂ ਲੈਂਥ ਲੈ ਲਈ, ਆਪਾਂ ਹੁਣ ਉਹਦੇ ਬੈਲਟ ਦਾ ਮੇਜ਼ਰਮੈਂਟ ਲੈਣਾ ਹੈ। ਕਿੱਦਾਂ ਲੈਣਾ ਆ? ਜਸਟ ਇੱਦਾਂ ਰਾਊਂਡ ਕਰਕੇ ਜਿੱਥੇ ਆਪਣੀ ਹਿਪ ਹੈ, ਹਿਪ ਦਾ ਆਪਾਂ ਮੇਜ਼ਰਮੈਂਟ ਲੈਣਾ ਆ 36। ਠੀਕ ਹੈ, ਮੇਰੇ 36 ਹੈ। ਹੁਣ ਜੇ ਮੈਂ ਬੈਲਟ ਰੱਖੂੰਗੀ, ਮਤਲਬ ਮੈਂ ਉਹਨੂੰ 3 ਇੰਚ ਹੋਰ ਐਡ ਕਰੂੰਗੀ, ਉਹਦੇ ਵਿੱਚ 3 ਇੰਚ ਐਕਸਟਰਾ ਹੋਰ ਐਡ ਹੋਊਗਾ। ਮਤਲਬ ਮੇਰੀ ਬੈਲਟ ਆਉਂਦੀ ਆ 18 ਹੋ ਗਈ, 1 9 2 3 4 5 6 7 8 9 10 11 12 13 14 15 16 36 ਹੋ ਗਈ ਨਾ। ਆਪਾਂ 21 ਲਊਂਗੀ ਮੈਂ। ਹੁਣ ਮੈਂ ਤੁਹਾਨੂੰ ਦੁਬਾਰਾ ਸਮਝਾ ਦਾ, ਸ਼ਾਇਦ ਨਹੀਂ ਸਮਝਾਇਆ ਹੋਊਗਾ। ਜਿੱਦਾਂ ਮੇਰੀ 36 ਆਈ ਹੈ, ਮਤਲਬ 36 ਦਾ ਹਾਫ ਕਿੰਨਾ ਹੋ ਗਿਆ ਆਪਣੇ 18। 18 'ਚ ਆਪਾਂ 2 ਇੰਚ ਐਡ ਕਰ ਲੈਣਾ ਆ, 3 ਇੰਚ ਟੋਟਲ 'ਚ ਕਰ ਰਹੀ ਸੀ ਨਾ ਮੈਂ, ਹਾਫ 'ਚ 3 ਇੰਚ ਕਰਨਾ ਆ। ਹਾਫ 'ਚ ਤਾਂ ਫਿਰ ਮਤਲਬ 6 ਇੰਚ, ਜੇ ਆਪਾਂ ਟੋਟਲ ਲੈਂਦੇ ਹਾਂ ਤਾਂ ਆਪਾਂ 6 ਇੰਚ ਐਡ ਕਰਨਾ ਆ, ਜੇ ਆਪਾਂ ਹਾਫ ਲੈ ਰਹੇ ਹਾਂ ਤਾਂ ਆਪਾਂ ਉਹਨੂੰ 3 ਇੰਚ ਐਡ ਕਰਨਾ ਹੈ। ਮੈਂ 3 ਇੰਚ 6 ਇੰਚ ਦਾ ਭੁੱਲ ਗਈ ਸੀਗੀ, ਤਾਂ ਇਹਦਾ 18 ਆਇਆ, 19 20 21 21 ਆ ਗਿਆ। ਹੁਣ ਆਪਾਂ 21 ਦੀ ਕਟਿੰਗ ਕਰਾਂਗੇ, 7.5 ਲਵਾਂਗੇ। ਬੈਲਟ ਦੀ ਲੈਂਥ ਉਨੀ ਜਿੰਨੀ ਆਪਾਂ ਨੋਰਮਲ ਲੈਂਦੇ ਹਾਂ। ਪਲੀਜ਼ ਕਨਫਿਊਜ਼ ਨਾ ਹੋ ਜਾਓ ਮੈਨੂੰ ਦੱਸਣ 'ਚ, ਥੋੜ੍ਹੀ ਜਿਹੀ ਐ ਹੁੰਦਾ ਕਿਉਂਕਿ ਠੀਕ ਹੈ ਮੈਂ ਸਿਖਾਉਂਦੀ ਹਾਂ, ਲੱਗੀਆਂ ਹੋਈਆਂ ਨੇ ਮੇਰੇ ਕੋਲ, ਕੁੜੀਆਂ ਵੀ ਲੱਗੀਆਂ ਹੋਈਆਂ ਨੇ, ਮੈਂ ਸਿਖਾਉਂਦੀ ਵੀ ਹਾਂ, ਕੋਚਿੰਗ ਵੀ ਦਿੰਦੀ ਹਾਂ। ਬਟ ਯਾਰ ਕੈਮਰੇ ਦੇ ਮੂਹਰੇ ਬੋਲਣਾ ਨਾ ਸੀਰੀਅਸਲੀ ਬਹੁਤ ਔਖਾ ਆ। ਇਦਾਂ ਹੁੰਦਾ ਯਾਰ, ਕੁਝ ਗਲਤ ਨਾ ਬੋਲਿਆ ਜਾਵੇ, ਹੈ ਨਾ, ਥੋੜਾ ਜਿਹਾ ਇਦਾਂ ਹੋ ਜਾਂਦਾ ਆ। ਕੋਈ ਗੱਲ ਨਹੀਂ, ਮੈਨੂੰ ਆਦਤ ਪੈ ਜਾਣੀ ਆ। ਪਹਿਲਾਂ ਮੈਂ ਕਨਫਿਊਜ਼ ਕਰਤਾ ਸੀਗਾ ਸ਼ਾਇਦ, ਚਲੋ ਕੋਈ ਗੱਲ ਨਹੀਂ, ਮੈਂ ਖੁਦ ਕਨਫਿਊਜ਼ ਹੋ ਜਾਂਦੀ ਹਾਂ ਤੁਹਾਨੂੰ ਦੱਸਦੇ ਦੱਸਦੇ। ਹੁਣ ਦੇਖੋ ਆਪਾਂ ਨੇ ਇਹਦੀ ਸਿਰਫ ਚੌੜਾਈ ਲੈ ਲਈ, ਆਪਾਂ ਇਹਦੀ ਲੰਬਾਈ ਨਹੀਂ ਲਿੱਤੀ। ਹੁਣ ਇਹਦੀ ਆਪਾਂ ਲੰਬਾਈ ਨਾਪਾਂਗੇ ਤਾਂ 16.5 ਆ, ਮਤਲਬ ਇਹਦੇ ਵਿੱਚ ਐਕਸਟਰਾ ਜੋੜ ਪਊਗਾ। ਹੁਣ ਆਪਾਂ ਕੰਨੀ ਤੇ ਕੰਨੀ ਧਰ ਕੇ ਦਾ ਜੋੜ ਦੇਖ ਲਾਂਗੇ, 21 ਆ, ਕਿਉਂਕਿ ਇਹ ਦੇਖੋ ਮੈਂ ਹੁਣ ਇੱਥੇ ਨਾ ਐਕਸਟਰਾ ਨਹੀਂ ਲਊਂਗੀ ਕੁਛ, 21 ਹੀ ਲਊਂਗੀ ਟੋਟਲ। ਕਿਉਂ ਲਊਂਗੀ? ਕਿਉਂਕਿ ਜੋ ਜੋੜ ਆਏਗਾ ਮੈਂ ਜੋੜ ਦੇ ਉੱਤੇ ਜੋੜ ਧਰਤਾ। ਦੇਖੋ ਜ਼ਿਆਦਾ ਕਨਫਿਊਜ਼ਨ 'ਚ ਪੈਣ ਦੀ ਲੋੜ ਨਹੀਂ ਵੀ ਆਪਾਂ ਐਕਸਟਰਾ ਲੈਣਾ ਜੋੜ ਲਈ, ਨਹੀਂ। ਆਹ ਯਾਦ ਰੱਖਿਓ, ਜੋੜ ਦੇ ਉੱਤੇ ਜੋੜ ਧਰਿਆ ਮੈਨੇ, ਮਤਲਬ ਮੈਨੂੰ ਐਕਸਟਰਾ ਲੈਣ ਦੀ ਕੋਈ ਲੋੜ ਨਹੀਂ। 21 ਆ ਰਿਹਾ, ਇਹ ਸਿੰਗਲ ਪੀਸ ਆ, ਆਪਾਂ ਨੂੰ ਡਬਲ ਚਾਹੀਦੇ ਨੇ। ਫਸਟ ਪੀਸ ਕੱਟ ਲਿਆ, ਹੁਣ ਇਹਦੇ ਨਾਲ ਦਾ ਇਹਨੂੰ ਰੱਖ ਕੇ ਮੈਂ ਇਹਦਾ ਨੈਕਸਟ ਕੱਟ ਲਾਂਗੀ, ਕਿਉਂਕਿ ਉੱਧਰ ਚੜਾਈ ਘੱਟ ਸੀ ਤਾਂ ਮੈਂ ਇਸ ਸਾਈਡ ਦੇਖ ਕੇ ਪ੍ਰੋਪਰ ਹੀ ਲੈਂਥ ਲੈ ਲੈਣੀ ਹੈ ਇਹਦੀ, ਜੋ ਵੀ ਸੀ। ਦੇਖੋ ਹੁਣ ਇਹ ਲੈਂਥ ਆਪਣੀ ਪ੍ਰੋਪਰ 21 ਹੋ ਗਈ ਆ, ਆਪਾਂ ਨੂੰ ਐਕਸਟਰਾ ਲੈਣ ਦੀ ਲੋੜ ਨਹੀਂ। ਦੇਖੋ ਕਿਉਂਕਿ ਜੇ ਅਗਰ ਮੈਂ ਨਾ ਇੱਦਾਂ ਰੱਖਾਂ, ਦੇਖੋ ਬਿਲਕੁਲ ਸਾਹਮਣੇ ਸਾਹਮਣੇ ਜੋੜ ਰੱਖੇ ਹੋਏ ਨੇ, ਫਿਰ ਇਹਦੀ ਲੈਂਥ ਜਾਂਦੀ ਆ 22। ਬਟ ਮੈਂ ਪਹਿਲਾਂ ਹੀ ਐਕਸਟਰਾ ਲੈਣ ਨਾਲ ਮਤਲਬ ਤੁਹਾਨੂੰ ਕਨਫਿਊਜ਼ਨ 'ਚ ਨਹੀਂ ਪਾਉਣਾ ਚਾਹੁੰਦੀ, ਮੈਂ ਜਸਟ ਮੈਂ ਜੋੜ ਦੇ ਉੱਤੇ ਜੋੜ ਧਰ ਦਿੰਦੀ ਹੁੰਦੀ ਹਾਂ ਵੀ ਜੋ ਆਪਣਾ ਕੱਪੜਾ ਅੰਦਰ ਜਾਏਗਾ ਨੋਰਮਲ ਹੀ ਲੈ ਲਿਆ, ਜੋ ਇਹਦੀ ਲੈਂਥ ਤਿਆਰ ਆ। ਦੇਖੋ ਹੁਣੇ ਆਪਣੇ ਕੋਲ 20 ਤਿਆਰ ਰੈਡੀ ਰਹਿ ਜਾਣੀ ਆ, ਈਜ਼ੀਲੀ ਉਹਦੇ ਬਿਲਕੁਲ ਫਿੱਟ ਆਣੀ ਉਹਨਾਂ ਦੇ, ਜਿਨ੍ਹਾਂ ਮੇਰੇ ਕਸਟਮਰ ਨੇ ਜੋ। ਇਹ ਆਪਣੀ ਸਿਰਫ ਇੰਨੀ ਕੁ ਧੋਤੀ ਦੀ ਕਟਿੰਗ ਆ, ਕੋਈ ਇਹ ਉਲਝਣ ਨਹੀਂ, ਬਿਲਕੁਲ ਈਜ਼ੀ ਆ, ਕੋਈ ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ। ਬਸ ਆਪਾਂ ਨੂੰ ਮੇਜ਼ਰਮੈਂਟ ਪਤਾ ਹੋਣਾ ਚਾਹੀਦਾ ਆ ਵੀ ਇਹਦਾ ਕਿੰਨਾ ਆ, ਤੇ ਜਿਹਨੇ ਜ਼ਿਆਦਾ ਮਤਲਬ ਕਈ ਵਾਰ ਹੁੰਦਾ ਹੈ ਵੀ ਹਾਂ ਘੇਰ ਘੱਟ ਆਉਂਦੇ ਨੇ, ਤਾਂ ਘੇਰ ਆਪਣੇ ਪਤਾ ਪ੍ਰੋਪਰ ਕਿਹੜੇ 'ਚ ਆਣਗੇ। ਜੇ ਆਪਾਂ ਪਨਾ ਵੱਡਾ ਲਵਾਂਗੇ, ਹੁਣ ਪਨਾ ਤਾਂ ਤੁਹਾਨੂੰ ਪਤਾ ਹੀ ਹੋਏਗਾ, ਮੈਂ ਕੱਪੜਾ ਵੀ ਘੱਟਦਾ ਨਹੀਂ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ ਵੀ ਆਪਾਂ ਪਨਾ ਕਿਹਨੂੰ ਕਹਿੰਦੇ ਹਾਂ। ਜੇ ਪਨਾ ਆਪਾਂ ਵੱਡਾ ਲਈਏ ਤਾਂ ਆਟੋਮੈਟਿਕਲੀ ਉਹਦੇ ਬਹੁਤ ਵਧੀਆ ਘੇਰ ਆਏਗਾ, ਉਹਨਾਂ ਦਾ ਬਹੁਤ ਸੋਹਣੇ ਵਾਲ ਆਣਗੇ। ਹੁਣ ਨੈਕਸਟ ਪਾਰਟ ਇਹਦਾ ਤੁਹਾਨੂੰ ਸਟਿਚਿੰਗ ਦਾ ਆਏਗਾ, ਸਟਿਚਿੰਗ ਤੁਹਾਨੂੰ ਦਿਖਾਉਂਗੀ, ਮੂਰੀ ਵੀ ਦਿਖਾਉਂਗੀ, ਤੇ ਥੋੜਾ ਗੋਟਾ ਪੱਤੀ ਦਾ ਵੀ ਕੰਮ ਕਰੂੰਗੀ ਮੂਰੀ ਤੇ, ਕਿਉਂਕਿ ਜੇ ਆਪਾਂ ਸਲਵਾਰ ਦੀ ਨੋਰਮਲ ਮੂਰੀ ਬਣਾਉਂਦੇ ਹਾਂ ਤਾਂ ਉਹ ਹਾਈਲਾਈਟ ਨਹੀਂ ਹੁੰਦੀ ਹੈਗੀ, ਜੇ ਆਪਾਂ ਗੋਟਾ ਪੱਤੀ ਕਰਦੇ ਫਿਰ ਪਤਾ ਲੱਗਦਾ ਵੀ ਹਾਂ ਮੂਰੀ ਬਣਾਈ ਆ, ਉਹ ਵੀ ਤੁਹਾਨੂੰ ਦਿਖਾਉਂਗੀ।
ਇੱਦਾਂ ਹੀ ਮੇਰਾ ਸਾਥ ਦਿੰਦੇ ਰਹੋ ਪਲੀਜ਼। ਤੇ ਮੈਨੂੰ ਕਮੈਂਟ ਬਹੁਤ ਸੋਹਣੇ ਸੋਹਣੇ ਆਉਂਦੇ ਨੇ, ਮੈਂ ਹਰੇਕ ਕਮੈਂਟ ਰੀਡ ਕਰਦੀ ਹਾਂ ਹੌਲੀ ਹੌਲੀ। ਸਭ ਕੁਝ ਹੀ ਦੇਖ ਰਹੇ ਹਾਂ ਤੁਸੀਂ, ਕਈ ਕਹਿੰਦੇ ਨੇ ਗਲਾ ਡਿਜ਼ਾਈਨ ਵਗੈਰਾ, ਹੌਲੀ ਹੌਲੀ ਮੈਂ ਸਭ ਕੁਝ ਲੈ ਕੇ ਆਉਣਾ ਆ। ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਜ਼ਰੂਰ ਕਰ ਦਿਓ। ਥੈਂਕ ਯੂ ਯਾਰ, ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਵੀ ਹੋ ਜਾਂਦੀ ਆ। ਨਹੀਂ ਤਾਂ ਅਦਰਵਾਈਜ਼ ਜੇ ਮੈਂ ਇੱਦਾਂ ਕਹਾਂ ਨਾ ਵੀ ਹਾਂ ਮੈਂ ਤੁਹਾਨੂੰ ਸਟਿਚਿੰਗ ਦਿਖਾ ਦਾ, ਕਟਿੰਗ ਦਿਖਾ, ਮੈਂ ਗੱਲਾਂ ਨਾ ਕਰਾਂ ਯਾਰ, ਮੈਨੂੰ ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਨੇ ਯਾਰ। ਥੈਂਕ ਯੂ ਸੋ ਮਚ, ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।